ਨਵਾਂ ਸਾਹਿਬ ਬਟਾਲੇ ਸੁਖਬੀਰ ਬਾਦਲ ਆਏ ਨੇ, ਧਰਨਾ ਲਗਾਇਆ। ਉਹਨਾਂ ਦਾ ਕਹਿਣਾ ਕਿ ਸਾਰਾ ਕੁਝ ਕਾਂਗਰਸ ਦੀ ਸ਼ਹਿ ਦੇ ਉੱਤੇ ਗੁੰਡਾਗਰਦੀ ਹੋ ਰਹੀ ਹੈ ਔਰ ਕਾਤਲ ਜਿਹੜੇ ਫੜੇ ਨਹੀਂ ਜਾ ਰਹੇ, ਬਹੁਤ ਵੱਡਾ ਧਰਨਾ ਲੱਗਾ। ਦੇਖੋ ਕੱਲ੍ਹ ਜਿਹੜੀ ਉੱਥੇ ਜਿਹੜੀ ਪੁਲਿਸ ਦੀ, ਮੈਂ ਵੀ ਅੱਜ ਪੜ੍ਹਿਆ, ਆਈ ਜੀ ਵੱਲੋਂ ਸਟੇਟਮੈਂਟ ਹੈ ਕਿ ਅਸੀਂ ਜਿਹੜਾ ਉਹਨਾਂ ਨੇ ਫੜਿਆ, ਪਿਸਟਲ ਵੀ ਇੱਕ ਫੜਿਆ ਗਿਆ, ਨਾਲ ਦੋ ਮੁਲਜ਼ਮ ਵੀ ਫੜੇ ਗਏ ਨੇ। ਹੌਲੀ ਹੌਲੀ ਜਿਹੜੀ ਕਰਕੇ ਸਾਰਾ ਕੁਝ ਜਿਹੜਾ ਪੋਲੀਟੀਸਾਈਜ਼ ਕਰਨਾ, ਉਹਦੇ 'ਚ ਮੈਂ ਇਸ ਚੀਜ਼ ਨੂੰ ਬੜਾ ਮੰਦਭਾਗਾ ਸਮਝਦਾ ਕਿ ਜਿਸ ਚੀਜ਼ ਨੂੰ ਇਹ ਜਿਸ ਤਰੀਕੇ ਨਾਲ ਖੁਸ਼ਹਾਲ ਰਹੇ ਨੇ ਉਹ ਇਸ ਕਰਕੇ ਕਰ ਰਹੇ ਨੇ ਕਿ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਹਮੇਸ਼ਾ ਇਹਨਾਂ ਦੇ ਅਗੇਂਸਟ ਬੋਲਦਾ ਔਰ ਬੋਲਦਾ ਰਹੇਗਾ। ਇਹਨਾਂ ਦੀ ਜਿਹੜੀ ਸਾਈਕੋਲੋਜੀ ਹੈ ਜਾਂ ਇੱਕ ਜੋ ਕਰਨਾ ਚਾਹੁੰਦੇ, ਮੈਂ ਕਦੀ ਵੀ ਇਹਨਾਂ ਤੋਂ ਨਹੀਂ ਡਰਾਂਗਾ। ਔਰ ਮੈਂ ਨਾਲ ਹੀ ਮੇਰੀ ਜਿਹੜੀ ਅੱਜ ਪ੍ਰੈਸ ਸਟੇਟਮੈਂਟ ਜਿਹੜੀ ਆਏਗੀ ਉਹ ਤੁਸੀਂ ਕੱਲ੍ਹ ਜਿਹੜੀ ਤੁਸੀਂ ਪੜ੍ਹ ਲਿਓ। ਉਹਦੇ 'ਚ ਮੈਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਕਿ ਹਾਈਕੋਰਟ 'ਚ ਜੇ ਜ਼ਰੂਰਤ ਹੈਗੀ ਆ ਤਾਂ ਉੱਥੇ ਜਾ ਕੇ ਕਰੋ, ਅਤੇ ਨਾਲ ਹੀ ਉਹਦੇ 'ਚ ਇਹ ਵੀ ਮੈਂ ਕਿਹਾ ਕਿ ਤੁਸੀਂ ਉਸ ਟਾਈਮ ਜਿਹੜੀ ਮੈਂ ਪਿਛਲੀ ਸਟੇਟਮੈਂਟ ਦਿੱਤੀ ਸੀ ਕਿ ਇਸ ਕੇਸ ਦੀ ਔਰ ਨਾਲ ਹੀ ਵਿਕਰਮ ਮਜੀਠੀਆ ਦੇ ਚਿੱਟਾ ਵੇਚਣਾ, ਉਹਦਾ ਗੈਂਗਸਟਰਾਂ ਦੇ ਨਾਲ ਉਹਦਾ ਸਾਥ, ED ਔਰ ਨਾਲ ਹੀ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੈਗੀ ਆ ਉਹਦੀ ਇੱਕ ਇਹੋ ਜਿਹੀ ਜਾਂਚ ਏਜੰਸੀ ਬਣਨੀ ਚਾਹੀਦੀ ਆ ਕਿ ਟਾਈਮ ਬਾਉਂਡ ਹੋਵੇ, ਉੱਥੇ ਜਾ ਕੇ ਇਹ ਨਾ ਹੋਵੇ ਕਿ 10 ਸਾਲ ਉਹ ਕੇਸ ਹੀ ਨਾ ਖੁੱਲ੍ਹਣ, 3 ਮਹੀਨਿਆਂ ਦੇ ਵਿੱਚ ਡਿਸਾਈਡ ਕਰਨ। ਇਹਦਾ ਪਹਿਲਾਂ ਕਰ ਲੈਣ ਕਿ ED ਇਹਨਾਂ ਨੂੰ ਇਹ ਹੈਗੇ ਜਿਹੜੇ ਇਹਨਾਂ ਦੇ ਟਾਈਮ 'ਤੇ ਜਿਸ ਵੇਲੇ ਜਿਹੜਾ ਵਿੱਕੀ ਗੌਂਡਰ ਜੇਲ੍ਹ ਭੰਨ ਕੇ ਦੌੜਿਆ ਸੀ ਅਤੇ ਉਸ ਵੇਲੇ ਇਹਦੀ ਜ਼ਮੀਰ ਕਿੱਥੇ ਗਈ ਸੀ ਸੁਖਬੀਰ ਬਾਦਲ ਦੀ? ਇਹ ਹੋਮ ਮਿਨਿਸਟਰ ਸੀ ਵਿੱਕੀ ਗੌਂਡਰ, ਇਹਨਾਂ ਦੇ ਪਿੰਡ ਜਿਹੜਾ ਲਾਗੇ ਆ ਕੋਈ ਲੰਬੀ ਦੇ ਵਿੱਚ, ਮੈਨੂੰ ਉਹਦਾ ਨਾਂ ਨਹੀਂ ਯਾਦ ਪਿੰਡ ਦਾ, ਬੋਦਲਾ ਸਰਾਵਾਂ, ਉੱਥੋਂ ਦਾ ਰਹਿਣ ਵਾਲਾ, ਇਹਨਾਂ ਦੇ ਆਪਣੇ ਇਲਾਕੇ ਦਾ ਰਹਿਣ ਵਾਲਾ, ਕਦੀ ਜੇਲ੍ਹਾਂ ਤੋੜ ਕੇ 3 ਸਾਲ ਗੌਂਡਰ ਵਿੱਕੀ ਗੌਂਡਰ ਲੱਭਿਆ ਨਹੀਂ, ਅਤੇ ਉਦੋਂ ਇਹਦੀ ਜ਼ਬਾਨ ਬੰਦ ਕਿਉਂ ਸੀ? ਉਸ ਵੇਲੇ ਕਿਉਂ ਨਹੀਂ ਰਿਜ਼ਾਈਨ ਦੇ ਕੇ ਨਿਆ ਕਿ ਇਹ ਉਦੋਂ ਲੈਂਦਾ ਜ਼ਿੰਮੇਵਾਰੀ ਕਿ ਮੈਂ ਹੋਮ ਮਿਨਿਸਟਰ ਹਾਂ ਅਤੇ ਮੇਰੇ ਵੇਲੇ ਗੈਂਗਸਟਰ ਜਿਹੜਾ ਜੇਲ੍ਹ ਦੌੜ ਕੇ ਇੱਕ ਨਹੀਂ ਕਿੰਨੇ ਜਿਹੜੇ ਦੌੜੇ ਸੀ ਉਹਨਾਂ ਚੀਜ਼ਾਂ ਦਾ ਜਵਾਬ ਦੇਦੇ। ਫਿਰ ਵੀ ਜਿਹੜੀ ਇਨਕੁਆਇਰੀ ਤੋਂ ਮੈਂ ਨਹੀਂ ਡਰਦਾ, ਜਿੱਥੇ ਮਰਜ਼ੀ ਜਾਣ, ਮੈਂ ਨਾ ਇਹੋ ਜਿਹੇ ਕੰਮਾਂ 'ਚ ਪਿਆ ਔਰ ਨਾ ਮੇਰੇ ਕਦੀ ਬਜ਼ੁਰਗ ਪਏ ਸੀ, ਹਮੇਸ਼ਾ ਅਸੀਂ ਗੁੰਡਿਆਂ ਦੇ ਅਗੇਂਸਟ ਰਹੇ ਹਾਂ ਔਰ ਜੇਲ੍ਹਾਂ ਦੇ ਵਿੱਚ ਜੋ ਮੈਂ ਸੁਧਾਰ ਲਿਆਂਦੇ ਇਹ ਸਾਰਾ ਤੁਹਾਨੂੰ ਹੀ ਪਤਾ।